ਸਸ਼ੀ ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਹੋ ਸਾਰੇ ਮੈਨੂੰ ਕਮੈਂਟ ਦੇ ਵਿੱਚ ਪੁੱਛਿਆ ਜਾ ਰਿਹਾ ਸੀਗਾ ਕਿ ਪਿੱਛੇ ਜੋ ਮੀਟਿੰਗ ਹੋਈ ਆ ਉਸ ਦਾ ਕੀ ਸੱਟਾ ਨਿਕਲਿਆ ਦੇਖੋ ਉਸ ਮੀਟਿੰਗ ਦਾ ਵਿੱਚ ਕੋਈ ਰਿਜ਼ਲਟ ਨਹੀਂ ਆ ਸਕਿਆ ਤੇ ਹੁਣ ਜਿਹੜੀ ਅਗਲੀ ਮੀਟਿੰਗ ਹੋਣੀ ਹੈ ਉਹ ਹੋਣੀ ਹੈ 23 ਦਸੰਬਰ ਨੂੰ ਦੇਖਦੇ ਹਾਂ ਉਸ ਵਿੱਚ ਕੈਬਨਿਟ ਵੱਲੋਂ ਕੋਈ ਅਧਿਆਪਕਾਂ ਦੇ ਪ੍ਰਤੀ ਕੋਈ ਰਿਜ਼ਲਟ ਨਿਕਲਦਾ ਜਾਂ ਨਹੀਂ ਜੇ ਤਾਂ ਅਧਿਆਪਕਾਂ ਦੇ ਪੱਖ ਦੇ ਵਿੱਚ ਉਸ ਸਮੇਂ ਕੋਈ ਆ ਜਾਂਦਾ 23 ਤਰੀਕ ਨੂੰ ਤਾਂ ਹੋ ਸਕਦਾ ਸਟ੍ਰਾਈਕ ਖਤਮ ਹੋ ਜਾਵੇ ਅਗਰ ਨਹੀਂ ਕੋਈ ਰਿਜ਼ਲਟ ਨਿਕਲ ਕੇ ਆਉਂਦਾ ਅਧਿਆਪਕਾਂ ਪ੍ਰਤੀ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਸਟ੍ਰਾਈਕ ਜਿਹੜੀ ਉਹ ਲੰਬੀ ਖਿੱਚੂਗੀ ਤੇ ਅਧਿਆਪਕਾਂ ਨੇ ਤਾਂ ਕਹਿ ਹੀ ਹੋਇਆ ਕਿ ਅਸੀਂ ਕਿਸੇ ਵੀ ਕੰਮ ਦੇ ਵਿੱਚ ਦਖਲਅੰਦਾਜ਼ ਨਹੀਂ ਕਰਾਂਗੇ ਕਿ ਕੋਈ ਵੀ ਕੰਮ ਨਹੀਂ ਕਰਨਾ ਸੀ এডੂਕੇਸ਼ਨ ਦੇ ਰਿਲੇਟਡ ਹੈ ਜੋ ਤੇ ਸਰਕਾਰ ਵਿੱਚ ਹੋ ਸਕਦਾ ਕਿ ਇਹਨਾਂ ਦੀ ਲਾਸਟ ਮੀਟਿੰਗ ਹੋਵੇ ਕਿਉਂਕਿ ਉਸ ਤੋਂ ਬਾਅਦ ਤਾਂ ਹੁਣ ਚੌਂਚ ਜਾਵਤਾ ਲੱਗ ਜਾਣਾ ਫਿਰ ਕੋਈ ਕੰਮ ਹੋਣਾ ਨਹੀਂ ਤੇ ਮਤਲਬ ਕਿ 23 ਤਰੀਕ ਨੂੰ ਹੀ ਰਿਜ਼ਲਟ ਆਊਗਾ ਜੋ ਵੀ ਆਊਗਾ ਤੇ ਉਸ ਤੋਂ ਬਾਅਦ ਹੀ ਆਪਾਂ ਪੇਪਰਾਂ ਦੀ ਗੱਲ ਕਰ ਸਕਾਂਗੇ ਕਿਸ ਤਰ੍ਹਾਂ ਹੋਣੇ ਆਗੇ ਤੇ ਅਗਲੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸ਼ੇਅਰ ਜ਼ਰੂਰ ਕਰ ਦਿਓ